ਅੱਜਕੱਲ ਫਿਲਮੀ ਬਾਈਟਸ ਦੇਖ ਰਹੇ ਤੁਸੀਂ ਤੇ ਇੱਕ ਵਾਰ ਫੇਰ ਤੋਂ ਅਸੀਂ ਆਏ ਆ ਇੱਕ ਪੰਜਾਬੀ ਇੰਡਸਟਰੀ ਬਹੁਤ ਕੈਂਟ ਫਿਲਮ ਜੂਨੀਅਰ ਰਿਲੀਜ਼ ਹੋਣ ਜਾ ਰਹੀ ਹੈ ਜੀ 18 ਅਗਸਤ 2023 ਨੂੰ ਸੋ ਉਸ ਦੇ ਟ੍ਰੇਲਰ ਰਿਵਿਊ ਕਰਨ ਆਏ ਆ ਕਿਆ ਕਿ ਲੋਕਾਂ ਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ ਕਿਉਂਕਿ ਐਮਿਕ ਵਿਰਕ ਹੋਰ ਨੇ ਕੱਲ ਆਫੀਸ਼ਲੀ ਆਪਣੇ ਨਾਦਰ ਫਿਲਮਸ ਦੇ ਉੱਤੇ ਯੂਟਿਊਬ ਚੈਨਲ ਦੇ ਉੱਤੇ ਜਿਹੜਾ ਹੈ ਜੂਨੀਅਰ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਸੋ ਇੱਕ ਦਿਨ ਦੇ ਵਿੱਚ 1 ਮਿਲੀਅਨ ਚੱਲ ਚੁੱਕੇ ਆ ਸੋ ਲੋਕ ਇਹਨੂੰ ਐਪਰੀਸ਼ੀਏਟ ਕਰ ਰਹੇ ਨੇ ਆਖਿਰ ਕਿੱਦਾਂ ਦਾ ਲੱਗਿਆ ਜਾਣਦੇ ਹਾਂ ਲੋਕਾਂ ਦੇ ਕੋਲੋਂ ਪਬਲਿਕ ਰਿਵਿਊ ਆਓ ਮੇਰੇ ਨਾਲ मैम जूनियर का ट्रेलर देखा आपने हाँ जी देखा है कैसा लगा बढ़िया है बहुत अच्छा है पहले पंजाबी इंडस्ट्री में ऐसी कोई फिल्म देखी जो हॉलीवुड टच की हो नहीं आई थिंक ये पहली मूवी है जो मतलब पंजाबी इंडस्ट्री बना रही है वो भी हॉलीवुड टच के साथ एमिक विर्क लेके आ रहे हैं इसको कैसा लगा एमिक विर्क को पहले भी फिल्मों में देखा है कैसा लगा आपको एमिक विर्क का बहुत अच्छा वर्क है आई थिंक वी शुड अप्रिशिएट हिम जूनियर फिल्म का ट्रेलर लॉन्च हो गया तुमने देखा भाजी हाँ जी बहुत बढ़िया ट्रेलर कितना लगा बहुत बढ़िया लगे अच्छा पंजाबी इंडस्ट्री कोई ऐसा की फिल्म बन जा रही है हॉलीवुड टच की तुम्हें कितना ਹਾਲੀਵੁੱਡ ਟੱਚ ਲੱਗੀ ਨਹੀਂ ਨਹੀਂ ਮਤਲਬ ਵਧੀਆ ਤਾਂ ਹੈ ਹਾਲੀਵੁੱਡ ਟੱਚ ਹੈ ਮੂਵੀ ਦੀ ਪਰ ਆਪਾਂ ਨੂੰ ਵਧੀਆ ਟ੍ਰੇਲ ਲੱਗਿਆ ਆਉਣ ਵਾਲੇ ਟਾਈਮ 'ਚ ਇਹੋ ਜਿਹੀ ਮੂਵੀ ਆਉਣੀਆਂ ਚਾਹੀਦੀਆਂ ਤਾਂ ਕਿ ਲੋਕ ਪਸੰਦ ਕਰਨਗੇ ਪੰਜਾਬ ਦੇ ਵਿੱਚ ਹੀ ਪੰਜਾਬੀ ਮੂਵੀ ਨੂੰ ਵਧਣਾ ਚਾਹੀਦਾ ਪੰਜਾਬ 'ਚ ਅੱਛਾ ਟ੍ਰੇਲਰ ਨੂੰ ਕਿੰਨੇ ਸਟਾਰ ਦੇਣਾ ਚਾਹੋਗੇ 5 ਚੋਂ 5.5 ਸਟਾਰ ਦੇਣਾ ਚਾਹਾਂਗੇ ਕਿ ਆਉਣ ਵਾਲੇ ਕੋਈ ਬੰਦਾ ਵੀ ਵਧੀਆ ਹੈ ਸਿੰਗਰ ਵੀ ਵਧੀਆ ਹੈ ਫਿਲਮ ਦੇਖਣ ਜਾਓਗੇ ਬਿਲਕੁਲ ਬਿਲਕੁਲ ਭਾਈ ਹੈਲੋ ਗਰਲਸ ਕੈਸ ਯੂਨੀਅਰ ਦਾ ਟ੍ਰੇਲਰ ਦੇਖਾ ਆਪਨੇ ਹਾਂਜੀ ਕੈਸਾ ਲੱਗਾ ਬਹੁਤ ਸੋਹਣਾ ਕੀ ਖਾਸ ਲੱਗਾ ਪਹਿਲੇ ਐਸਾ ਟ੍ਰੇਲਰ ਦੇਖਿਆ ਤੁਸੀਂ ਨਹੀਂ ਮਤਲਬ ਜੈਸੇ ਪੰਜਾਬੀ ਇੰਡਸਟਰੀ ਮੈਂ ਪਹਿਲੀ ਵਾਰ ਬਾਲੀਵੁੱਡ ਦਾ ਟੱਚ ਆਇਆ ਤਾਂ ਬਹੁਤ ਅੱਛਾ ਲੱਗਾ ਦੇਖ ਕੇ ਅੱਛਾ ਪਹਿਲੇ ਐਮਿਕ ਵਿਰਕ ਨੇ ਇਤਨੀ ਅੱਛੀ ਕੀ ਹੈ ਮੋਸਟ ਐਮਿਕ ਵਿਰਕ ਨੇ ਲੱਗ ਰਿਹਾ ਕਿ ਹੋਰ ਵੀ ਅੱਛੀ ਫਿਲਮ ਹੋਗੀ ਹਾਂ ਹਾਂ ਆਪਕੋ ਕੈਸਾ ਲੱਗਾ ਟ੍ਰੇਲਰ ਟ੍ਰੇਲਰ ਅੱਛਾ ਥਾ ਮਤਲਬ ਪੰਜਾਬੀ ਇੰਡਸਟਰੀ ਮੈਂ ਪਹਿਲੀ ਵਾਰ ਕੋਈ ਐਸੀ ਬਾਲੀਵੁੱਡ ਸਟਾਈਲ ਮੂਵੀ ਆਈ ਹੈ ਹਾਲੀਵੁੱਡ ਟੱਚ ਲੱਗ ਰਿਹਾ ਹੈ ਹਾਂ ਹਾਲੀਵੁੱਡ ਥੋੜਾ ਬਹੁਤ ਟੱਚ ਹੈ ਆਪ ਐਪਰੀਸ਼ੀਏਟ ਕਰ ਰਹੇ ਹੋ ਹਾਂਜੀ ਮੂਵੀ ਦੇਖਣਾ ਚਾਹੋਗੇ ਜ਼ਰੂਰ ਜ਼ਰੂਰ ਦੇਖਣਾ ਆਪਕੋ ਕੈਸਾ ਲੱਗਾ ਅੱਛਾ ਥਾ ਅੱਛਾ ਥਾ ਟ੍ਰੇਲਰ ਮੂਵੀ ਦੇਖਣਾ ਚਾਹੋਗੇ ਹਾਂਜੀ ਹਾਲੀਵੁੱਡ ਟੱਚ ਲੱਗ ਰਿਹਾ ਤਾਂ ਐਮਿਕ ਹਾਂਜੀ ਕੈਸਾ ਸਟਾ ਐਂਟਰੀ ਦੇਖੀ ਤੁਸੀਂ ਕਿ ਟ੍ਰੇਲਰ ਮੈਂ ਅੱਛੀ ਲੱਗੀ ਹਾਂਜੀ ਓਕੇ ਥੈਂਕ ਯੂ ਐਮਿਕ ਵਿਰਕ ਦੀ ਜਿਹੜੀ ਟ੍ਰੇਲਰ ਆਇਆ ਜੂਨੀਅਰ ਫਿਲਮ ਦਾ ਕਿਦਾਂ ਦੀ ਲੱਗੇ ਤੁਹਾਨੂੰ ਭਾਜੀ ਬਹੁਤ ਵਧੀਆ ਟ੍ਰੇਲਰ ਹੈ ਮਤਲਬ ਤੁਸੀਂ ਦੇਖੋਗੇ ਇਨਸਪਾਇਰ ਹੋਗੇ ਐਵੇਂ ਦੀ ਬਹੁਤ ਘੱਟ ਮੂਵੀਆਂ ਨੇ ਬਿਲਕੁਲ ਜੋ ਹੁਣ ਤੱਕ ਬਣੀਆਂ ਨੇ ਪਹਿਲਾਂ ਕਦੇ ਦੇਖਿਆ ਵੀ ਪੰਜਾਬੀ ਫਿਲਮ ਇੰਡਸਟਰੀ ਚ ਹਾਲੀਵੁੱਡ ਟੱਚ ਦਾ ਕੋਈ ਇਦਾਂ ਦੀ ਫਿਲਮ ਬਣ ਜਾ ਰਹੀ ਕੋਈ ਇਦਾਂ ਦਾ ਐਕਸਪੈਰੀਮੈਂਟ ਹੋਣ ਜਾ ਰਿਹਾ ਨਹੀਂ ਹਾਲੇ ਤੱਕ ਮਨ ਤਾਂ ਨਹੀਂ ਲੱਗਦਾ ਬਣਿਆ ਬਟ ਇਹ ਪਹਿਲੀ ਹੋ ਸਕਦੀ ਮੇਰੇ ਹਿਸਾਬ ਨਾਲ ਪਹਿਲਾਂ ਮੋੜ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੁਹਾਨੂੰ ਕਿਦਾਂ ਲੱਗਦਾ ਐਮਿਕ ਵਰਕ ਦਾ ਕੰਮ ਨਹੀਂ ਉਹਨਾਂ ਦਾ ਕੰਮ ਬਹੁਤ ਵਧੀਆ ਲੋਕ ਪਸੰਦ ਕਰਦੇ ਨੇ ਉਹਨੂੰ ਲੋਕ ਚਾਹੁੰਦੇ ਨੇ ਠੀਕ ਹੈ ਸਿਰਾ ਕੰਮ ਲੱਗਦਾ ਜੂਨੀਅਰ ਫਿਲਮ ਦਾ ਟ੍ਰੇਲਰ ਦੇਖਾ ਆਪਨੇ ਹਾਂਜੀ ਹਾਂਜੀ ਕਿਹਦਾ ਲੱਗਾ ਟ੍ਰੇਲਰ ਅੱਛੀ ਹੈ ਮੈਂ ਫਿਲਮ ਦੇਖਣੇ ਵੀ ਜਾਊਂਗਾ ਫਿਲਮ ਦੇਖਣੇ ਜਾਓਗੇ ਹਾਂਜੀ 18 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ ਜੀ ਐਕਸਾਈਟਮੈਂਟ ਹੈ ਫਿਲਮ ਦੀ ਐਕਸਾਈਟਮੈਂਟ ਹੈ ਜੀ ਅੱਛਾ ਪਹਿਲੀ ਵਾਰ ਪੰਜਾਬੀ ਫਿਲਮ ਹੈ ਜੋ ਉਹ ਬਿਲਕੁਲ ਉਸਕਾ ਐਕਸੈਂਟ ਹੈ ਨਾ ਜੋ ਉਹ ਹਾਲੀਵੁੱਡ ਜੈਸਾ ਆਪਕੋ ਲੱਗਾ ਹਾਂਜੀ ਹਾਂਜੀ ਲੱਗਾ 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 ਤੋ ਮੈਂ ਜਾਊਂਗਾ ਦੇਖਣੇ ਜਰੂਰ ਆਪ ਕਿਹਦਾ ਲੱਗਾ ਮੈਮ ਅੱਛਾ ਲੱਗਾ ਆਪਕੋ ਵੀ ਅੱਛਾ ਲੱਗਾ ਅੱਛਾ ਲੱਗਾ ਐਮਿਕ ਵਿਰਕ ਨੇ ਜੋ ਫਿਲਮ ਕੇ ਹੀਰੋ ਹੈ ਉਹ ਜਦ ਬੈਂਸ ਸੇ ਉਤਰਦੇ ਆ ਤੋ ਕੈਸਾ ਐਕਸਪ੍ਰੈਸ਼ਨ ਹੈ ਆਪਕੇ ਲਈ ਅੱਛਾ ਲੱਗਾ ਅੱਛਾ ਲੱਗਾ ਅੱਛਾ ਆਪ ਦੇਖਣੇ ਜਾਓਗੇ 18 ਅਗਸਤ ਜੀ ਜੀ ਬਿਲਕੁਲ ਜੂਨੀਅਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਸੋ ਦਰਸ਼ਕਾਂ ਨਾਲ ਗੱਲਬਾਤ ਕੀਤੀ ਹੈ ਜੋ ਕਿ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਨੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਫਿਲਮ ਪੰਜਾਬੀ ਇੰਡਸਟਰੀ ਦੀ ਲੱਗਦੀ ਨਹੀਂ ਇਦਾਂ ਲੱਗਦਾ ਕਿ ਜਿਵੇਂ ਬਾਲੀਵੁੱਡ ਦਾ ਐਕਸੈਂਟ ਜਿਹੜਾ ਇਹਦੇ ਨਜ਼ਰ ਆ ਰਿਹਾ ਕਿ ਬਾਲੀਵੁੱਡ ਦੀ ਫਿਲਮ ਹੈ ਕਿਉਂਕਿ ਜ਼ਿਆਦਾਤਰ ਦੇਖੀ ਫਿਲਮਾਂ ਇਦਾਂ ਪੰਜਾਬੀ ਇੰਡਸਟਰੀ 'ਚ ਘੱਟ ਬਣਦੀਆਂ ਨੇ ਪਰ ਹੁਣ ਐਮਿਕ ਵਿਰਕ ਨੇ ਕੋਸ਼ਿਸ਼ ਕੀਤੀ ਹੈ ਸਿਨੇਮਾ ਘਰਾਂ ਦੇ ਵਿੱਚ ਇੱਕ ਇਦਾਂ ਦਾ ਸਿਨੇਮਾ ਦੇਖਣ ਦਿਖਾਉਣ ਦੇ ਲਈ ਕਿ ਤੁਹਾਨੂੰ ਕੋਈ ਵਧੀਆ ਚੀਜ਼ ਦੇਖਣ ਨੂੰ ਮਿਲ ਸਕੇ ਸੋ ਇੱਕ ਵਾਰ ਦੇਖਦੇ ਆਖਰ ਕੀ ਹੋਣ ਵਾਲਾ ਹੈ ਟ੍ਰੇਲਰ ਤੁਸੀਂ ਵੀ ਦੇਖਿਆ ਹੋਵੇਗਾ ਤੁਸੀਂ ਵੀ ਸਾਨੂੰ ਆਪਣੇ ਰਿਵਿਊ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਹੋਰ ਅਪਡੇਟ ਦੇ ਨਾਲ ਮਿਲਦੇ ਰਹਾਂਗੇ ਦੇਖਦੇ ਰਹੋ ਫਿਲਮ ਬਾਈ